सत श्री अकाल जी, स्वागत है साडे यूट्यूब चैनल मिस्टर मिसी पुरबा ब्लॉग च। ते उना लास्ट पार्ट आ दिवाली दे जो आप सारे ब्लॉग पाए आ, एदे विच तुहानू दिखावांगे असी किस तरह इंजॉय कर किया, गुरमन ने किस तरह इंजॉय किया पटाके चला के। ये सारी वीडियो पटाकियां दी ते फुल इंजॉय किया असी रल मिल के, बच्चों ने भी वड्डियां ने भी, तुसी सारे भी, तुसी भी ये ब्लॉग नू देख के इंजॉय करो। साडी वीडियो नू लाइक करो, कमेंट करो, शेयर करो, सबसक्राइब करो जी। ते आजा गुरविंदर, पटाका मार दा। गर्मन जे तू अन मोमबत्ती बड़ी ना देखी चली जल्दी मसी ओ मशीन ते रख ली चले ही नहीं। ओ गुगु डुगु पासे होया पासे हो जो तू गुगी है और डुगू आ डुगू नाम बकरी तेरे डुगू गुगू इधर आवे इधर खड़े इधर इधर फोर्स पटाके नु चलाउंदा आ ना मार ना कदे भाई होली 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 गवर्नमेंट जो तो मुंह करो इधर मुंह करो सीधा भाई ना रखो अब तो ना 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 बस 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 नवे पटाके आवे बिना प्रदूषण होए है ना, बिना प्रदूषण नहीं है इधर नाल है ना। किधर गया आ रहा लोट ही नहीं आंदा साडा वाला गवर्नमेंट हवाओ बचा ले के इधर परतारा आंदियां
ਇਹ ਤਾਂ ਬੰਦ ਆ ਪੈਰਾਸ਼ੂਟ ਚੱਲਣ ਦੀ ਉਡੀਕ ਚ ਰੋਲਾ ਪਾ ਰੋਲਾ ਪਾ ਰੋਲਾ ਪਾ ਓਏ ਓਏ ਚਿੱਕਾ ਮਾਰੀ ਦੀ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਦੇਖੀ ਆ ਜਿਹਦੇ ਕੋਠੇ ਤੇ ਕੇ ਦੇਖੀ ਆਉਗੀ ਪੈਰਾਸ਼ੂਟ ਸਾਡਾ ਜ਼ਖਮੀ ਹੋ ਗਿਆ ਵਿਚਾਰਾ ਜ਼ਖਮੀ ਹੋਇਆ ਪਿਆ ਗਿਆ ਗਿਆ ਬੁਲਾਰ ਆ ਗਿਆ ਹੋ ਗਿਆ ਬੁਲਾਰ ਆਈ ਜਾਂਦੀ ਆ ਹੋ ਗਿਆ ਚੱਲ ਪਿਆ ਜ਼ਖਮੀ ਵੀ ਵਿਚਾਰਾ ਚੱਲ ਪਿਆ ਕਾਗਜ ਹੀ ਚਲਾਈ ਜਾਂਦਾ ਆਵੇ ਆਵੇ ਵਧਾਈਆਂ ਦੇਈ ਜਾਂਦੇ ਸੀ ਸਾਰੇ ਜਾਣੇ ਆਵੇ ਮੁੜਾ ਬੜਾ ਕੇ ਨੂੰ ਘੁਮਾ ਕੇ ਦਿਖਾ ਮੜੀ ਜੀ ਜਵਾਕਾਂ ਦਾ ਹਿੱਸਾ ਪਾਲ ਕੇ ਚਲ ਮੈਂ ਕਿਹਾ ਚਲਾ ਲੈ ਰਾਵੀ ਫਿਰਦੀ ਇਧਰ ਹਜੇ ਚਲਾਉਂਦੀ ਇਹ ਰਾਵੀ ਤਾਂ ਮੋਮਬੱਤੀਆਂ ਹੀ ਚਲਾਉਂਦੀ ਫਿਰਦੀ ਚੱਲ ਹੁਣ ਤੂੰ ਇਸੇ ਨਾਲ ਹੀ ਉਹ ਲਾ ਨਾਰ ਨੂੰ ਲਾ ਦੇ ਐ ਲੱਗ ਜੂ ਲੱਗੂਗੀ ਹਾਂਜੀ ਆਪਾਂ ਦੀਵਾਲੀ ਮਨਾ ਚੁੱਕੇ ਹਾਂ ਬਹੁਤ ਇੰਜੋਏ ਕੀਤਾ ਇਹ ਕਹਿੰਦੇ ਹੁੰਦੇ ਵੇਟ ਜਿਹੜੀ ਹੁੰਦੀ ਆ ਨਾ ਆਪਾਂ ਉਡੀਕ ਕਰਨੀ ਕਿਸੇ ਤਿਉਹਾਰ ਦੀ ਉਹ ਉਹੀ ਇੱਕ ਹੁੰਦਾ ਹੈ ਨਾ ਆਪਣੇ ਲਈ ਖਤਮ ਵੀ ਹੋ ਗਈ ਖਤਮ ਹੋਣ ਤੋਂ ਬਾਅਦ ਪੂਰੀ ਵੀ ਹੋ ਗਈ ਹਾਂ ਮਤਲਬ ਕਿ ਐ ਹੁੰਦਾ ਯਾਰ ਵੀ ਜਿਵੇਂ ਹੁਣ ਆਪਾਂ ਵੇਟ ਕਰਦੇ ਹਾਂ ਜਿਵੇਂ ਹੈ ਨਾ ਕੰਮ ਕਰਦੇ ਰਹਿੰਦੇ ਹਾਂ ਅੱਜ ਵੀ ਸਾਰਾ ਦਿਨ ਕੰਮ 'ਚ ਨਿਕਲ ਗਿਆ ਅਤੇ ਸਾਰੇ ਮੇਰੀ ਸੋਚਦੇ ਸਾਰੇ ਐਂ ਕਹਿੰਦੇ ਵੀ ਕੰਮ 'ਚ ਨਿਕਲ ਗਿਆ ਅਤੇ ਦੀਵਾਲੀ ਬੀਤ ਵੀ ਗਈ ਚਲੋ ਮੇਨ ਗੱਲ ਹੁੰਦੀ ਖੁਸ਼ੀਆਂ ਖੇੜਿਆਂ ਨਾਲ ਆਵੇ ਬੱਚਿਆਂ ਨੇ ਇੰਜੋਏ ਕੀਤਾ ਜ਼ਿਆਦਾਤਰ ਬੱਚਿਆਂ ਨੇ ਚਲਾਇਆ ਸਾਡੇ ਛੋਟੇ ਗੁਰਮਨ ਤਾਂ ਕੋਈ ਡਰਿਆ ਨਹੀਂ ਹੈਗਾ ਮੈਨੂੰ ਬਹੁਤ ਡਰ ਲੱਗਦਾ ਸੀ ਗੁਰਮਨ ਦਾ ਵੀ ਕੋਈ ਸੱਟ ਵੀ ਕਿਉਂਕਿ ਉਹਨਾਂ ਅੱਗ ਨਾਲ ਕਿਹੜਾ ਵਰਕ ਉਹ ਤਾਂ ਨਾ ਖਾਲੀ ਹੋ ਜਾਂਦੇ ਸੀ ਜਿਹੜੇ ਡੱਬੇ ਡੱਬੇ ਉਹਨਾਂ ਨੂੰ ਅੱਗ ਲਾਉਣ ਲੱਗ ਜਾਂਦਾ ਸੀਗਾ ਉਹੀ ਗੱਲ ਇੱਕ ਅਸੀਂ ਬੈਠੀਆਂ ਸੀਗੀਆਂ ਅਤੇ ਉਹਨੇ ਕੀ ਕੀਤਾ ਸੀਗਾ ਉਹ ਕਿਹੜਾ ਕੀ ਕਿਹੜਾ ਪਟਾਕਾ ਕਹਿੰਦੇ ਉਹਨੂੰ ਬੀੜੀ ਬੰਬ ਉਹਨੇ ਚੱਕ ਕੇ ਨਾ ਐ ਮਾਰਿਆ
ਤੇ ਸਾਡੇ ਸੂਟਾਂ ਕੋਲੇ ਆ ਕੇ ਇੱਥੇ ਥੱਲੇ ਪੈਰਾਂ ਤੇ ਡਿੱਗ ਗਿਆ। ਬਚ ਗਿਆ। ਇੱਕ ਮੋਰ ਦੀਦੀ ਬੈਠੀ ਸੀ, ਉਹਨੇ ਸਾੜੀ ਪਾਈ ਸੀਗੀ, ਅੱਗ ਤੋਂ ਬਚ ਕੇ ਮੇਰੇ ਵੀ ਸਿਲਕੀ ਸੂਟ ਪਾਇਆ ਹੋਇਆ ਸੀਗਾ ਤੇ ਬਾਲੀਆਂ ਸ਼ਰਾਰਤਾਂ ਕਰਦਾ, ਫੁੱਲ ਚੜੀ ਆ ਸਿੱਟੀ, ਉਹ ਵੀ ਮੈਨੂੰ ਡਰ ਲੱਗਦਾ ਤੇ ਜਮਾਂ ਹੀ ਨਹੀਂ ਡਰਦਾ ਇੱਕ ਮਿੰਟ ਵੀ। ਐਤੀ ਨਹੀਂ ਇਹ ਯਾਰ, ਇਹਨੂੰ ਚਲਾਉਣੇ ਆਏ ਪਹਿਲੇ, ਪਿਛਲੀ ਵਾਰ ਵਧੀਆ ਚਲਾਏ ਸੀ, ਹੁਣ ਜ਼ਿਆਦਾ ਅੱਜ ਵੀ ਹੋਰ ਅੱਜ ਵੀ ਜ਼ਿਆਦਾ ਕਰਦਾ। ਹਾਂ ਤੇ ਮੈਂ ਜ਼ਿਆਦਾਤਰ ਜਿੰਨੀ ਵੀਡੀਓ ਬਣਾ ਸਕੇ ਸੀ ਬਣਾ ਲਈ, ਕਿਉਂਕਿ ਥੋੜ੍ਹਾ ਜਿਹਾ ਸ਼ਰਾਰਤੀ ਜੇ ਇਹਦੇ ਵੱਲ ਵੀ ਧਿਆਨ ਦਿੱਤਾ ਸੀ, ਜੇ ਪਟਾਕੇ ਥੋੜ੍ਹੇ ਜਿਹੇ ਰਹਿੰਦੇ ਨਾ ਪੈਰਾ ਸੁੱਟ ਪਿਆ ਆਪਣਾ, ਹਨਾ ਚਲਾ ਹੀ ਲੈਂਦੇ, ਚਲੋ ਉੱਥੇ ਚਲਾ ਲਾਂਗੇ ਨਾਨਕ ਵਾਲੇ ਦਿਨ ਚਲਾ ਲਾਂਗੇ। ਹਾਂ ਗੁਰੂ ਨਾਨਕ ਦੇਵ ਜੀ ਵਾਲੇ ਦਿਨ ਚਲਾਵਾਂਗੇ। ਤੇ ਸਾਡੀ ਵੀਡੀਓ ਇੱਥੋਂ ਤੱਕ ਸੀਗੀ, ਸਾਡੀ ਵੀਡੀਓ ਨੂੰ ਲਾਈਕ ਕਰ, ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਐਂ ਸਾਡਾ ਸਾਥ ਦਿੰਦੇ ਰਹੋ। ਠੀਕ ਹੈ ਜੀ, ਗੁੱਡ ਨਾਈਟ। ਫਿਰ ਤੋਂ ਜਿੰਨੇ ਵਾਰੀ ਆਪਾਂ ਵਲੌਗ ਚਾਹਵਾਂਗੇ ਉਨੇ ਵਾਰੀ ਹੈਪੀ ਦੀਵਾਲੀ, ਹੈਪੀ ਦੀਵਾਲੀ ਸਾਰਿਆਂ ਨੂੰ, ਇੰਨੀ ਸਾਰੀ ਵੱਡੀ 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 ਹੈਪੀ ਦੀਵਾਲੀ ਦੀਵਾਲੀ। ਠੀਕ ਹੈ, ਪੂਰਾ ਇੰਜੋਏ ਕੀਤਾ, ਖੂਬ ਇੰਜੋਏ ਕੀਤਾ, ਖਾਧਾ ਪੀਤਾ ਸਾਰਾ ਕੁਛ। ਹੁਣ ਆਪਾਂ ਰੋਟੀ ਪਾਣੀ ਖਾਂਦੇ ਹਾਂ ਅਤੇ ਫਿਰ ਸੋਨੇ ਹਾਂ, ਅਤੇ ਫਿਰ ਆਪਾਂ ਅਸੀਂ ਕੱਲ੍ਹ ਵੀ ਕਿਤੇ ਜਾਣਾ, ਉਹ ਵੀ ਤੁਹਾਨੂੰ ਦੱਸਾਂਗੇ, ਤੁਹਾਡੇ ਲਈ ਸਰਪ੍ਰਾਈਜ਼ ਆ। ਠੀਕ ਹੈ ਜੀ, ਓਕੇ ਜੀ, ਉਹ ਵੀ ਵਲੌਗ ਪਾਵਾਂਗੇ। ਬਾਏ ਬਾਏ, ਹੈਪੀ ਦੀਵਾਲੀ ਅਤੇ ਗੁੱਡ ਨਾਈਟ ਸਾਰਿਆਂ ਨੂੰ।